ਮਾਨਯੋਗ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਇਹ ਤਰਜੀਹ ਹੈ ਕਿ ਤੁਸੀਂ ਸੰਗਰੂਰ ਵਿੱਚ ਵੀ ਦੇਖਿਆ ਹੋਣਾ ਕਿ ਪਿੰਡਾਂ 'ਚ ਲਾਇਬ੍ਰੇਰੀਆਂ ਖੁੱਲ੍ਹਦੀਆਂ ਨੇ ਅਤੇ ਉਹਨਾਂ ਦੀ ਹਰ ਹਲਕੇ ਦੇ ਲਈ ਉਹਨੇ 6-6 ਲਾਇਬ੍ਰੇਰੀਆਂ ਖੋਲ੍ਹਣ ਦਾ ਇਸ ਸਾਲ 3 ਮਹੀਨੇ ਦਾ ਟਾਰਗੇਟ ਦਿੱਤਾ। ਠੀਕ ਉਸੇ ਰਾਹ 'ਤੇ ਚੱਲਦੇ ਹੋਏ ਅਸੀਂ ਜਿੰਨੀਆਂ ਸਾਡੀਆਂ ਜ਼ਿਲ੍ਹਾ ਲਾਇਬ੍ਰੇਰੀ ਸੀਗੀਆਂ, ਡਿਸਟ੍ਰਿਕਟ ਲਾਇਬ੍ਰੇਰੀਆਂ ਸੀਗੀਆਂ, ਉਹ ਕਾਗਜ਼ਾਂ ਦੇ ਵਿੱਚ ਐਗਜਿਸਟ ਕਰਦੀਆਂ ਸੀ ਪਰ ਉਹ ਖੰਡਰ ਬਣੀਆਂ ਹੋਈਆਂ ਸੀ। ਹੁਣ ਤੁਸੀਂ ਉਹਨਾਂ ਡਿਸਟ੍ਰਿਕਟ ਲਾਇਬ੍ਰੇਰੀਜ਼ ਨੂੰ ਦੇਖ ਸਕਦੇ ਹੋ, ਚਾਹੇ ਉਹ ਸੰਗਰੂਰ ਹੋਵੇ, ਮਾਨਸਾ ਹੋਵੇ, ਬਠਿੰਡਾ ਹੋਵੇ, ਔਰ ਰੋਪੜ ਦੀ ਲਾਇਬ੍ਰੇਰੀ ਤੁਸੀਂ ਆਪ ਦੇਖੋ ਕਿ ਹੁਣ ਇੱਥੇ ਬਜ਼ੁਰਗ ਵੀ, ਬੱਚੇ ਵੀ, ਛੋਟੇ ਬੱਚੇ ਵੀ, ਹਰ ਵਰਗ ਦੇ ਲੋਕ ਇੱਥੇ ਆਉਂਦੇ ਆ ਦੇ ਨੇ ਅਤੇ ਕਿਤਾਬਾਂ ਦਾ ਨਿੱਘ ਮਾਣਦੇ ਆ। ਜਿਹੜੇ ਬੱਚੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਆ, ਵੱਖ ਵੱਖ, ਕੋਈ ਟੀਚਰ ਬਣਨਾ ਚਾਹੁੰਦਾ, ਕੋਈ ਪ੍ਰੋਫੈਸਰ ਬਣਨਾ ਚਾਹੁੰਦਾ, ਕੋਈ ਡਾਕਟਰ ਬਣਨਾ ਚਾਹੁੰਦਾ, ਕੋਈ UPSC ਕਲੀਅਰ ਕਰਨਾ ਚਾਹੁੰਦਾ, ਹਰ ਤਰ੍ਹਾਂ ਦੇ ਇਮਤਿਹਾਨ ਦੇ ਲਈ ਇੱਥੇ ਬੱਚੇ ਆ ਕੇ ਤਿਆਰੀ ਕਰਦੇ। ਅਤੇ ਜਿਹੜਾ ਸਟੱਡੀ ਰੂਮ ਹੈ 24 ਘੰਟੇ ਲਈ ਖੋਲ੍ਹਿਆ ਗਿਆ, ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਅਸੀਂ ਹੋਰ ਅਪਗ੍ਰੇਡ ਕਰਾਂਗੇ, ਹੋਰ ਇੰਪਰੂਵਮੈਂਟਸ ਕਰਾਂਗੇ। ਬਸ ਸਾਡੀ ਪੰਜਾਬ ਦੀ ਇਹ ਤਰਾਸਦੀ ਰਹੀ ਹੈ ਕਿ ਪਿਛਲੇ 20-30 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ ਇਸ ਪੱਖ ਪਾਸੇ ਧਿਆਨ ਹੀ ਨਹੀਂ ਦਿੱਤਾ। ਅੱਜ ਅਸੀਂ ਯਾਨੀ ਬਹੁਤ ਗੱਲਾਂ ਕਰਦੇ ਹਾਂ ਕਿ ਪੰਜਾਬ ਦੀ ਜਵਾਨੀ ਗਲਤ ਪਾਸੇ, ਚਾਹੇ ਉਹ ਨਸ਼ਾ ਹੋਵੇ, ਚਾਹੇ ਵਿਦੇਸ਼ ਹੋਵੇ, ਉਹਨਾਂ ਰਾਹਾਂ 'ਤੇ ਤੁਰ ਰਹੀ ਹੈ। ਨਾ ਪੰਜਾਬ ਦੇ ਮੈਦਾਨਾਂ 'ਤੇ ਧਿਆਨ ਦਿੱਤਾ ਗਿਆ, ਨਾ ਹੀ ਪੰਜਾਬ ਦੇ ਕਿਤਾਬਾਂ ਦੇ ਉੱਤੇ, ਲਾਇਬ੍ਰੇਰੀਆਂ 'ਤੇ ਧਿਆਨ ਦਿੱਤਾ ਗਿਆ। ਇਹ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਹੈ ਜੋ ਖੇਡ ਮੈਦਾਨਾਂ ਦੇ ਉੱਤੇ ਵੀ ਧਿਆਨ ਦੇ ਰਹੀ ਹੈ, ਗਰਾਊਂਡਾਂ 'ਤੇ ਧਿਆਨ ਦੇ ਰਹੀ ਹੈ ਤਾਂ ਕਿ ਸਾਡੇ ਬੱਚੇ ਦੁਬਾਰਾ ਜਿਹੜੇ ਆ ਸਾਡੇ ਸਪੋਰਟਸ ਜਿਹੜੇ ਆ ਕਾਮਯਾਬ ਹੋ ਸਕਣ। ਠੀਕ ਉਸੇ ਤਰੀਕੇ ਨਾਲ ਲਾਇਬ੍ਰੇਰੀਆਂ 'ਤੇ ਕਿਤਾਬਾਂ, ਤਾਂ ਕਿ ਪੰਜਾਬ 'ਚੋਂ ਪੜ੍ਹ ਕੇ ਬੱਚੇ ਪੰਜਾਬ ਦੀ ਸੇਵਾ ਕਰਨ, ਆਪਣੇ ਸੂਬੇ ਦਾ ਨਾਮ ਕਮਾਉਣ, ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਕਸਬੇ ਦਾ ਨਾਮ ਕਮਾਉਣ ਅਤੇ ਆਪਣੇ ਵਤਨ ਦਾ ਨਾਮ ਰੋਸ਼ਨ ਕਰਨ। ਸਰ ਤੁਸੀਂ ਰੈਵੋਲਿਊਸ਼ਨ ਬਹੁਤ, ਤੁਹਾਨੂੰ ਆਉਣ ਵਾਲੇ ਸਮੇਂ 'ਚ ਅਸੀਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਰੋਪੜ ਦੇ ਪਿੰਡਾਂ ਦੇ ਵਿੱਚ, ਅਨੰਦਪੁਰ ਸਾਹਿਬ ਦੇ ਪਿੰਡਾਂ, ਚਮਕੌਰ ਸਾਹਿਬ ਦੇ ਪਿੰਡਾਂ 'ਚ ਵੀ ਲਾਇਬ੍ਰੇਰੀ। ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਇਹ ਤਰਜੀਹ ਹੈ ਕਿ ਤੁਸੀਂ ਸੰਗਰੂਰ ਵਿੱਚ ਵੀ ਦੇਖਿਆ ਹੋਣਾ ਕਿ ਪਿੰਡਾਂ 'ਚ ਲਾਇਬ੍ਰੇਰੀਆਂ ਖੁੱਲ੍ਹਦੀਆਂ ਨੇ ਅਤੇ ਉਹਨਾਂ ਦੀ ਹਰ ਹਲਕੇ ਦੇ ਲਈ ਉਹਨੇ 6-6 ਲਾਇਬ੍ਰੇਰੀਆਂ ਖੋਲ੍ਹਣ ਦਾ ਇਸ ਸਾਲ 3 ਮਹੀਨੇ ਦਾ ਟਾਰਗੇਟ ਦਿੱਤਾ। ਠੀਕ ਉਸੇ ਰਾਹ 'ਤੇ ਚੱਲਦੇ ਹੋਏ ਅਸੀਂ ਜਿੰਨੀਆਂ ਸਾਡੀਆਂ ਜ਼ਿਲ੍ਹਾ ਲਾਇਬ੍ਰੇਰੀ ਸੀਗੀਆਂ, ਡਿਸਟ੍ਰਿਕਟ ਲਾਇਬ੍ਰੇਰੀਆਂ ਸੀਗੀਆਂ, ਉਹ ਕਾਗਜ਼ਾਂ ਦੇ ਵਿੱਚ ਐਗਜਿਸਟ ਕਰਦੀਆਂ ਸੀ ਪਰ ਉਹ ਖੰਡਰ ਬਣੀਆਂ ਹੋਈਆਂ ਸੀ। ਹੁਣ ਤੁਸੀਂ ਉਹਨਾਂ ਡਿਸਟ੍ਰਿਕਟ ਲਾਇਬ੍ਰੇਰੀਜ਼ ਨੂੰ ਦੇਖ ਸਕਦੇ ਹੋ, ਚਾਹੇ ਉਹ ਸੰਗਰੂਰ ਹੋਵੇ, ਮਾਨਸਾ ਹੋਵੇ, ਬਠਿੰਡਾ ਹੋਵੇ, ਔਰ ਰੋਪੜ ਦੀ ਲਾਇਬ੍ਰੇਰੀ ਤੁਸੀਂ ਆਪ ਦੇਖੋ ਕਿ ਹੁਣ ਇੱਥੇ ਬਜ਼ੁਰਗ ਵੀ, ਬੱਚੇ ਵੀ, ਛੋਟੇ ਬੱਚੇ ਵੀ, ਹਰ ਵਰਗ ਦੇ ਲੋਕ ਇੱਥੇ ਆਉਂਦੇ ਆ ਦੇ ਨੇ ਅਤੇ ਕਿਤਾਬਾਂ ਦਾ ਨਿੱਘ ਮਾਣਦੇ ਆ। ਜਿਹੜੇ ਬੱਚੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਆ, ਵੱਖ ਵੱਖ, ਕੋਈ ਟੀਚਰ ਬਣਨਾ ਚਾਹੁੰਦਾ, ਕੋਈ ਪ੍ਰੋਫੈਸਰ ਬਣਨਾ ਚਾਹੁੰਦਾ, ਕੋਈ ਡਾਕਟਰ ਬਣਨਾ ਚਾਹੁੰਦਾ, ਕੋਈ UPSC ਕਲੀਅਰ ਕਰਨਾ ਚਾਹੁੰਦਾ, ਹਰ ਤਰ੍ਹਾਂ ਦੇ ਇਮਤਿਹਾਨ ਦੇ ਲਈ ਇੱਥੇ ਬੱਚੇ ਆ ਕੇ ਤਿਆਰੀ ਕਰਦੇ। ਅਤੇ ਜਿਹੜਾ ਸਟੱਡੀ ਰੂਮ ਹੈ 24 ਘੰਟੇ ਲਈ ਖੋਲ੍ਹਿਆ ਗਿਆ, ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਅਸੀਂ ਹੋਰ ਅਪਗ੍ਰੇਡ ਕਰਾਂਗੇ, ਹੋਰ ਇੰਪਰੂਵਮੈਂਟਸ ਕਰਾਂਗੇ। ਬਸ ਸਾਡੀ ਪੰਜਾਬ ਦੀ ਇਹ ਤਰਾਸਦੀ ਰਹੀ ਹੈ ਕਿ ਪਿਛਲੇ 20-30 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ ਇਸ ਪੱਖ ਪਾਸੇ ਧਿਆਨ ਹੀ ਨਹੀਂ ਦਿੱਤਾ। ਅੱਜ ਅਸੀਂ ਯਾਨੀ ਬਹੁਤ ਗੱਲਾਂ ਕਰਦੇ ਹਾਂ ਕਿ ਪੰਜਾਬ ਦੀ ਜਵਾਨੀ ਗਲਤ ਪਾਸੇ, ਚਾਹੇ ਉਹ ਨਸ਼ਾ ਹੋਵੇ, ਚਾਹੇ ਵਿਦੇਸ਼ ਹੋਵੇ, ਉਹਨਾਂ ਰਾਹਾਂ 'ਤੇ ਤੁਰ ਰਹੀ ਹੈ। ਨਾ ਪੰਜਾਬ ਦੇ ਮੈਦਾਨਾਂ 'ਤੇ ਧਿਆਨ ਦਿੱਤਾ ਗਿਆ, ਨਾ ਹੀ ਪੰਜਾਬ ਦੇ ਕਿਤਾਬਾਂ ਦੇ ਉੱਤੇ, ਲਾਇਬ੍ਰੇਰੀਆਂ 'ਤੇ ਧਿਆਨ ਦਿੱਤਾ ਗਿਆ। ਇਹ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਹੈ ਜੋ ਖੇਡ ਮੈਦਾਨਾਂ ਦੇ ਉੱਤੇ ਵੀ ਧਿਆਨ ਦੇ ਰਹੀ ਹੈ, ਗਰਾਊਂਡਾਂ 'ਤੇ ਧਿਆਨ ਦੇ ਰਹੀ ਹੈ ਤਾਂ ਕਿ ਸਾਡੇ ਬੱਚੇ ਦੁਬਾਰਾ ਜਿਹੜੇ ਆ ਸਾਡੇ ਸਪੋਰਟਸ ਜਿਹੜੇ ਆ ਕਾਮਯਾਬ ਹੋ ਸਕਣ। ਠੀਕ ਉਸੇ ਤਰੀਕੇ ਨਾਲ ਲਾਇਬ੍ਰੇਰੀਆਂ 'ਤੇ ਕਿਤਾਬਾਂ, ਤਾਂ ਕਿ ਪੰਜਾਬ 'ਚੋਂ ਪੜ੍ਹ ਕੇ ਬੱਚੇ ਪੰਜਾਬ ਦੀ ਸੇਵਾ ਕਰਨ, ਆਪਣੇ ਸੂਬੇ ਦਾ ਨਾਮ ਕਮਾਉਣ, ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਕਸਬੇ ਦਾ ਨਾਮ ਕਮਾਉਣ ਅਤੇ ਆਪਣੇ ਵਤਨ ਦਾ ਨਾਮ ਰੋਸ਼ਨ ਕਰਨ। ਸਰ ਤੁਸੀਂ ਰੈਵੋਲਿਊਸ਼ਨ ਬਹੁਤ, ਤੁਹਾਨੂੰ ਆਉਣ ਵਾਲੇ ਸਮੇਂ 'ਚ ਅਸੀਂ
ਤੁਹਾਨੂੰ ਦੇਖਣ ਨੂੰ ਮਿਲਣਗੀਆਂ ਰੋਪੜ ਦੇ ਪਿੰਡਾਂ ਦੇ ਵਿੱਚ, ਅਨੰਦਪੁਰ ਸਾਹਿਬ ਦੇ ਪਿੰਡਾਂ, ਚਮਕੌਰ ਸਾਹਿਬ ਦੇ ਪਿੰਡਾਂ 'ਚ ਵੀ ਲਾਈਬ੍ਰੇਰੀ।